ਉਹ ਸੁਖਵੀਰ ਬਾਲ ਦੇ ਮਗਰ ਖੜੇ ਹੋਣ ਤਿੰਨ ਚਾਰ ਜਦੋਂ ਉਹਨੇ ਉਹਨੇ ਕੁਛ ਨਹੀਂ ਦੇਖਣਾ ਹੁੰਦਾ ਬੋਲਿਆ ਕੀ ਹੈ ਉਹਨਾਂ ਨੇ ਕਿ ਸਾਹ ਕਿੱਥੇ ਚੱਲ ਜਾਂਦਾ ਉਹਦੀ ਬੋਲੇ ਸੋ ਲਿਆ ਯਾਰ ਕੀ ਕਰੀ ਜਾਂਦੇ ਹੋ ਉਹ ਮਾਂ ਦਾ ਪੁੱਤ ਉਹਨੂੰ ਇਹ ਨਹੀਂ ਪਤਾ ਲੱਗਦਾ ਘਨੌਰ ਫਰੀਦਕੋਟ 'ਚ ਜਾਂ ਪਟਿਆਲੇ 'ਚ ਹੈ ਜ਼ਿਆਦਾ ਬੋਲਦਾ ਹੁੰਦਾ ਟੀ ਵੀ 'ਤੇ ਬੇਰਕਾ ਰਾਜਕੁਮਾਰ ਬੇਰਕਾ ਪਹਿਲਾਂ ਕਾਂਗਰਸ ਵੱਲੋਂ ਬੋਲਦਾ ਹੁੰਦਾ ਸੀ ਫਿਰ ਬੀਜੇਪੀ ਵੱਲੋਂ ਬੋਲਣ ਲੱਗ ਗਿਆ ਹੁਣ ਫਿਰ ਕਾਂਗਰਸ 'ਚ ਆ ਗਿਆ ਮੈਂ ਕਿਹਾ ਤੇਰੇ ਨਾਲ ਤਾਂ ਬੇਰਕਾ ਦਾ ਦੁੱਧ ਹੀ ਚੰਗਾ ਯਾਰ ਫੈਕਟਰੀ 'ਚੋਂ ਫੈਕਟਰੀ 'ਚੋਂ ਇੱਕ ਵਾਰੀ ਨਿਕਲ ਕੇ ਦੁਬਾਰਾ ਫੈਕਟਰੀ 'ਚ ਤਾਂ ਨਹੀਂ ਆਉਂਦਾ ਨਾ ਕਾਂਗਰਸ ਦਾ ਰਾਜ ਆ ਗਿਆ ਇਹ ਕਾਂਗਰਸ ਨਾਲ ਹੋ ਗਏ ਅਕਾਲੀ ਦਲ ਦਾ ਰਾਜ ਆ ਗਿਆ ਇਹ ਅਕਾਲੀ ਦਲ 'ਚ ਹੋ ਗਏ ਬੀਜੇਪੀ ਦਾ ਰਾਜ ਆ ਗਿਆ ਹੁਣ ਬੀਜੇਪੀ 'ਚ ਹੋ ਗਏ ਮਾਂ ਦੇ ਪੁੱਤਾਂ ਨੇ ਕੁਛ ਛੱਡਿਆ ਹੀ ਨਹੀਂ ਯਾਰ ਇਹਨਾਂ ਨੇ ਉਹ ਸੁਖਵੀਰ ਬਾਲ ਦੇ ਮਗਰ ਖੜੇ ਹੋਣ ਤਿੰਨ ਚਾਰ ਜਦੋਂ ਉਹਨੇ ਉਹਨੇ ਕੁਛ ਨਹੀਂ ਦੇਖਣਾ ਹੁੰਦਾ ਬੋਲਿਆ ਕੀ ਹੈ ਉਹਨਾਂ ਨੇ ਕਿਹਾ ਸਾਹ ਕਿੱਥੇ ਚੱਲ ਜਾਂਦਾ ਉਹਦੀ ਬੋਲੇ ਸੋ ਲਿਆ ਯਾਰ ਕੀ ਕਰੀ ਜਾਂਦੇ ਹੋ ਯਾਰ ਕੋਈ ਦੇਖਦਾ ਨਹੀਂ ਵੀ ਉਹ ਕੋਈ ਗੱਲ ਬੋਲੇ ਸੋਹਣੇ ਵਾਲੀ ਜਕਾਰਾ ਛੱਡਣ ਵਾਲੀ ਕੋਈ ਜਗ੍ਹਾ ਹੈ ਜਾਂ ਨਾ ਨਾ ਜੀ ਉਹ ਮਾਂ ਦਾ ਪੁੱਤ ਉਹਨੂੰ ਇਹ ਨਹੀਂ ਪਤਾ ਲੱਗਦਾ ਘਨੌਰ ਫਰੀਦਕੋਟ 'ਚ ਜਾਂ ਪਟਿਆਲੇ 'ਚ ਹੈ ਉਹ ਛੱਡੀ ਜਾਂਦਾ ਉੱਤੋਂ ਹਾਂਜੀ ਉਹ ਕਾਂਗਰਸ ਵਾਲੇ ਕਦੇ ਉੱਧਰ ਚੱਲ ਜਾਂਦੇ ਨੇ ਭਾਜਪਾ ਕਿ ਨਹੀਂ ਕਹਿੰਦੇ ਇੱਧਰ ਸਾਹ ਘੁੱਟਦਾ ਸੀ ਫਿਰ ਉੱਧਰ ਪਤਾ ਨਹੀਂ ਕਿਹੜੀ ਆਕਸੀਜਨ ਮਿਲ ਗਈ ਫਿਰ ਉੱਧਰੋਂ ਵੀ ਕਹਿੰਦੇ ਨਾ ਹੁਣ ਇੱਧਰ ਘੁੱਟਦਾ ਇੱਧਰ ਆਵਾਂਗੇ ਆਹ ਕੀ ਹੈ ਨਾ ਜ਼ਿਆਦਾ ਬੋਲਦਾ ਹੁੰਦਾ ਟੀ ਵੀ 'ਤੇ ਬੇਰਕਾ ਰਾਜਕੁਮਾਰ ਬੇਰਕਾ ਪਹਿਲਾਂ ਕਾਂਗਰਸ ਵੱਲੋਂ ਬੋਲਦਾ ਹੁੰਦਾ ਸੀ ਫਿਰ ਬੀਜੇਪੀ ਵੱਲੋਂ ਬੋਲਣ ਲੱਗ ਗਿਆ ਹੁਣ ਫਿਰ ਕਾਂਗਰਸ 'ਚ ਆ ਗਿਆ ਮੈਂ ਕਿਹਾ ਤੇਰੇ ਨਾਲ ਤਾਂ ਬੇਰਕਾ ਦਾ ਦੁੱਧ ਹੀ ਚੰਗਾ ਯਾਰ ਫੈਕਟਰੀ 'ਚੋਂ ਫੈਕਟਰੀ 'ਚੋਂ ਇੱਕ ਵਾਰੀ ਨਿਕਲ ਕੇ ਦੁਬਾਰਾ ਫੈਕਟਰੀ 'ਚ ਤਾਂ ਨਹੀਂ ਆਉਂਦਾ ਨਾ ਸਹੀ ਹੈ ਨਾ ਕਹਿੰਦਾ ਵਰਨ ਠੀਕ ਹੈ ਨਾ ਕਮਾਲ ਹੈ ਯਾਰ ਤੁਸੀਂ ਲੋਕਾਂ ਨੂੰ ਸਮਝਦੇ ਕੀ ਹੋ ਯਾਰ ਕਿ ਹੁਣ ਮੈਂ ਇੱਧਰ ਆ ਗਿਆ ਹੁਣ ਮੈਨੂੰ ਇੱਧਰ ਅਸੈਪਟ ਕਰੋ ਹੁਣ ਮੈਂ ਉੱਧਰ ਚਲਾ ਗਿਆ ਮੈਨੂੰ ਉੱਧਰ ਅਸੈਪਟ ਕਰੋ ਖੜੋ ਤਾਂ ਸਹੀ ਕਦੇ ਲੋਕਾਂ ਨਾਲ ਤਾਂ ਆ ਕੈਪਟਨ ਦਾ ਪਰਿਵਾਰ ਕੈਪਟਨ ਦਾ ਟੱਬਰ ਜਦੋਂ ਮੁਗਲਾਂ ਦਾ ਰਾਜ ਸੀ ਇਹ ਮੁਗਲਾਂ ਨਾਲ ਸੀ ਅੰਗਰੇਜ਼ਾਂ ਦਾ ਰਾਜ ਆ ਗਿਆ ਇਹ ਅੰਗਰੇਜ਼ਾਂ ਨਾਲ ਹੋ ਗਏ ਕਾਂਗਰਸ ਦਾ ਰਾਜ ਆ ਗਿਆ ਇਹ ਕਾਂਗਰਸ ਨਾਲ ਹੋ ਗਏ ਅਕਾਲੀ ਦਲ ਦਾ ਰਾਜ ਆ ਗਿਆ ਇਹ ਅਕਾਲੀ ਦਲ 'ਚ ਹੋ ਗਏ ਬੀਜੇਪੀ ਦਾ ਰਾਜ ਆ ਗਿਆ ਹੁਣ ਬੀਜੇਪੀ 'ਚ ਹੋ ਗਏ ਮਾਂ ਦੇ ਪੁੱਤਾਂ ਨੇ ਕੁਛ ਛੱਡਿਆ ਹੀ ਨਹੀਂ ਯਾਰ ਇਹਨਾਂ ਨੇ ਠੇਕਾ ਲਿਆ ਸੀ ਤੁਹਾਨੂੰ ਵੋਟਾਂ ਪਾਉਣ ਦਾ ਯਾਰ ਰਜਿਸਟਰੀਆਂ ਕਰਾਤੀਆਂ ਸੀ ਕਿ ਤੁਸੀਂ ਜਿੱਧਰ ਜਾਓ ਅਸੀਂ ਉੱਧਰ ਹੀ ਜਾਈਏ ਮਰ ਜਾ ਚਿੜੀਏ ਜਿਉਂ ਜਾ ਚਿੜੀਏ ਸੋ ਇਸ ਕਰਕੇ ਸਾਥ ਦਿਓ ਸਾਡਾ ਅਸੀਂ ਆਪਣੇ ਆਪਣੇ ਕੰਮ ਧੰਦੇ ਛੱਡ ਕੇ ਆਏ ਹੋਏ ਹਾਂ ਵੀ ਮੈਂ ਵੀ ਪੈਸੇ ਕਮਾਈ ਜਾਂਦਾ ਫਿਲਮਾਂ 'ਚੋਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀਗਾ ਜੀ ਆਹ ਮੇਰੀ ਟੀਮ ਹੀ ਹੈ ਸਾਰੀ ਫਿਲਮਾਂ 'ਚ ਕਰਮਜੀਤ ਹੋ ਗਿਆ ਅਨਮੋਲ ਮੁੰਡਾ ਵਿਨੂ ਹੋ ਗਿਆ ਸਾਰੇ ਉਹ ਜੁਗਨੂ ਵਾਲੀ ਟੀਮ ਹੀ ਹੈ ਸਾਰੀ ਅਤੇ ਮੈਨੂੰ ਕੋਈ ਲੋੜ ਸੀ ਫਿਰ ਪਤਾ ਲਾਉਣ ਦੀ ਵੀ ਮੈਨੂੰ ਕੋਈ ਲੋੜ ਸੀ ਇਹਨਾਂ ਤੋਂ ਗਾਲਾਂ ਸੁਣਨ ਦੀ ਪੈਸੇ ਕਮਾਉਂਦਾ ਮੈਂ ਵਧੀਆ ਆਪਦੇ ਪਰ ਹਰ ਗੱਲ ਪੈਸਾ ਨਹੀਂ ਹੁੰਦੀ ਕਿਸੇ ਬੰਦੇ ਨੂੰ ਕਿਹਾ ਗਿਆ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ੍ਹ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕ ਭਾਗੋ ਅਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਉਦਾਸੀਆਂ ਕਰਕੇ ਕਿਰਤ ਕਰੋ ਦਾ ਅਤੇ ਸੱਚ ਦਾ ਹੋਕਾ ਕੌਣ ਦਿੰਦਾ ਜਨਾਬ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ